அறிய ஒரு விசார ஞான தியான கிஷ கர்ம ந ஜானா சார் ந ஜானா தேரீ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੋਦੇ ਅੰਦਰ ਜੁੜ ਮਿਲ ਬੈਠੇ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਜੋ ਕਿ ਫਤਿਹ ਟੀਵੀ ਵੱਲੋਂ ਉਪਰਾਲਾ ਕੀਤਾ ਗਿਆ ਤਰੀਏ ਗੁਰ ਵਿਚਾਰ ਇਸ ਸਮਾਗਮ ਦੇ ਰਾਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ ਆਓ ਜੀ ਅੱਜ ਦੇ ਇਸ ਦੀਵਾਨ ਦੇ ਅੰਦਰ ਮਾਝ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦੀ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਵਿਚਾਰ ਕਰਨੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਸਾਨੂੰ ਕੀ ਸਮਝਾਉਂਦੇ ਹਨ, ਕੀ ਉਪਦੇਸ਼ ਕਰਦੇ ਹਨ, ਆਓ ਜੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਇੱਕ ਇੱਕ ਪੰਕਤੀ ਨੂੰ ਪੜ੍ਹਦਿਆਂ ਹੋਇਆਂ ਇਸ ਦੀ ਵਿਚਾਰ ਆਰੰਭ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਸਤਿਕਾਰ ਸਹਿਤ ਝੁਕਾਓ ਸੀਸ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ। ਪੰਕਤੀ ਆਈ ਉਤਪਤ। ਉਤਪਤ ਸ਼ਬਦ ਉਤਪਤੀ ਤੋਂ ਬਣਿਆ ਭਾਵ ਪੈਦਾ, ਪੈਦਾਇਸ਼, ਬਣ ਜਾਣਾ, ਪੈਦਾ ਹੋ ਜਾਣਾ। ਕਿਸੇ ਵੀ ਤਰੀਕੇ ਨਾਲ ਇਹਦਾ ਆਪਾਂ ਨਾਮ ਲੈ ਸਕਦੇ ਹਾਂ ਕਿ ਉਤਪਤੀ ਹੋਣੀ, ਪੈਦਾ ਹੋਣਾ, ਜਨਮ ਲੈ ਲੈਣਾ, ਇਹਨਾਂ ਨਾਵਾਂ ਨਾਲ ਇਸ ਸ਼ਬਦ ਨੂੰ ਪੁਕਾਰਿਆ ਜਾਂਦਾ ਹੈ। ਨਿਰੰਕਾਰ ਅਕਾਲ ਪੁਰਖ ਜੀ ਨੇ, ਪਰਮਾਤਮਾ ਜੀ ਨੇ ਇਸ ਸੰਸਾਰ ਨੂੰ ਸਾਜਿਆ, ਬਣਾਇਆ, ਪੈਦਾ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਨੇਕਾਂ ਪ੍ਰਮਾਣ ਨੇ, ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਇਸ ਸੰਸਾਰ ਦੇ ਅੰਦਰ ਜਨਮ ਹੈ ਤੇ ਮੌਤ ਵੀ ਹੈ, ਜਨਮੰਗ ਤਾਂ ਮਰਨਾ, ਤੇ ਇਹ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਨੇ, ਕਿਉਂਕਿ ਜਿਸ ਨੇ ਜਨਮ ਲੈਣਾ ਹੈ ਉਸ ਦੀ ਮੌਤ ਜ਼ਰੂਰ ਹੈ। ਜੇ ਪੈਦਾ ਹੋਏਗਾ ਤੇ ਨਾਸ਼ ਵੀ ਹੋਏਗਾ, ਜੇ ਬਣੇਗਾ ਤੇ ਟੁੱਟੇਗਾ ਵੀ। ਇਸ ਸੰਸਾਰ ਦੇ ਅੰਦਰ ਇਹ ਨਿਸ਼ਚਿਤ ਨਹੀਂ, ਇਹ ਤੈਅ ਨਹੀਂ, ਇਹ ਗਰੰਟੀ ਨਹੀਂ ਕਿ ਜਿਹੜੀ ਚੀਜ਼ ਇੱਕ ਵਾਰ ਬਣ ਗਈ, ਪੈਦਾ ਹੋ ਗਈ, ਤੇ ਉਹਨੇ ਦੁਆਰਾ ਨਾਸ਼ ਨਹੀਂ ਹੋਣਾ, ਉਹਦਾ ਦੁਆਰਾ ਖਾਤਮਾ ਨਹੀਂ ਹੋਣਾ, ਉਹ ਨਹੀਂ ਦੁਨੀਆ ਤੋਂ ਜਾਏਗੀ। ਭਾਵ ਕਿ ਜਿਹੜੀ ਵੀ ਚੀਜ਼ ਪੈਦਾ ਹੋਈ ਹੈ, ਜਿਹੜੀ ਵੀ ਚੀਜ਼ ਦੀ ਉਤਪਤੀ ਹੋਈ ਹੈ, ਜਾਂ ਉਸ ਚੀਜ਼ ਨੂੰ ਬਣਾਇਆ ਗਿਆ, ਬਣਾਉਣ ਵਾਲਾ ਭਾਵੇਂ ਜਿੱਡਾ ਮਰਜ਼ੀ ਵੱਡਾ ਕਾਰੀਗਰ ਹੋਵੇ, ਉਸ ਚੀਜ਼ ਦਾ ਨਾਸ਼ ਜ਼ਰੂਰ ਹੋਏਗਾ। ਇਨਸਾਨ ਬਣੇ, ਇਨਸਾਨਾਂ ਨੂੰ ਵੀ ਮਰਨਾ ਪਿਆ, ਜਾਨਵਰ ਪੈਦਾ ਹੋਏ, ਜਾਨਵਰਾਂ ਨੂੰ ਵੀ ਜਾਣਾ ਪਿਆ। ਇੱਥੋਂ ਤੱਕ ਕਿ ਰੱਬ ਦਾ ਪੈਗਾਮ ਲੈ ਕੇ ਆਉਣ ਵਾਲੇ ਵੀ ਇਸ ਧਰਤੀ ਤੇ ਆਏ ਤੇ ਉਹਨਾਂ ਨੂੰ ਵੀ ਆਖਰਕਾਰ ਇਸ ਦੁਨੀਆਂ ਤੋਂ ਜਾਣਾ ਪਿਆ, ਕਿਉਂਕਿ ਇਹ ਜਿਹੜਾ ਕੁਦਰਤ ਦਾ ਨਿਯਮ ਬਣਿਆ ਹੋਇਆ, ਅਕਾਲ ਪੁਰਖ ਜੀ ਦਾ ਜੋ ਹੁਕਮ ਹੈ, ਜੋ ਨਿਯਮ ਹੈ, ਇਸ ਨੂੰ ਆਪਾਂ ਪਰਮਾਤਮਾ ਅਕਾਲ ਪੁਰਖ ਜੀ ਦਾ ਕਾਨੂੰਨ ਕਹਿ ਲਈਏ, ਹੁਕਮ ਕਹਿ ਲਈਏ। ਇਹ ਹੁਕਮ ਇਸ ਤਰ੍ਹਾਂ ਨਹੀਂ ਕਿ ਇੱਕ ਵਾਸਤੇ ਹੋਰ ਹੈ ਤੇ ਦੂਸਰੇ ਵਾਸਤੇ ਹੋਰ ਹੈ, ਸਾਰਿਆਂ ਵਾਸਤੇ ਬਰਾਬਰ ਹੈ। ਇਸ ਕਰਕੇ ਇੱਥੇ ਇਸ਼ਾਰਾ ਕੀ ਦਿੱਤਾ ਜਾ ਰਿਹਾ, ਕਹਿੰਦੇ ਉਤਪਤ ਪਰਲੋ ਸ਼ਬਦੇ ਹੋਵੇ। ਸ਼ਬਦ ਦਾ ਇੱਥੇ ਅਰਥ ਹੈ ਹੁਕਮ, ਇੱਥੇ ਸ਼ਬਦ ਦਾ ਅਰਥ ਹੈ ਪਰਮਾਤਮਾ ਜੀ ਦਾ ਬਣਾਇਆ ਹੋਇਆ ਨਿਯਮ, ਇੱਥੇ ਸ਼ਬਦ ਦਾ ਅਰਥ ਪਰਮਾਤਮਾ ਜੀ ਦਾ ਬਣਾਇਆ ਹੋਇਆ ਕਾਨੂੰਨ, ਲਾਅ ਆਫ ਨੇਚਰ।
ਇਸ ਲਾਅ ਆਫ ਨੇਚਰ ਦੇ ਵਿੱਚ ਜਿਹੜਾ ਵੀ ਕੋਈ ਬਣੇਗਾ ਪੈਦਾ ਹੋਏਗਾ, ਕਹਿੰਦੇ ਉਤਪਤ ਜਨਮ ਪੈਦਾਇਸ਼ ਪਰਲੋ। ਪਰਲੋ ਸ਼ਬਦ ਬਣਿਆ ਜੀ ਪ੍ਰਲੈ ਤੋਂ, ਤੇ ਪ੍ਰਲੈ ਦਾ ਅਰਥ ਨਾਸ਼ ਖਾਤਮਾ। ਸ਼ਬਦ ਭਾਵ ਕੇ ਪਰਮਾਤਮਾ ਜੀ ਦੇ ਹੁਕਮ ਵਿੱਚ ਇਹ ਸਾਰਾ ਸੰਸਾਰ ਪੈਦਾ ਹੋਇਆ, ਸੰਸਾਰ ਦੇ ਜੀਵ ਪੈਦਾ ਹੋਏ, ਧਰਤੀ ਪੈਦਾ ਹੋਈ, ਸੂਰਜ ਪੈਦਾ ਹੋਇਆ, ਚੰਦਰਮਾ ਪੈਦਾ ਹੋਇਆ, ਜਿੰਨੀਆਂ ਵੀ ਅਸੀਂ ਇਸ ਸੰਸਾਰ ਦੇ ਅੰਦਰ ਰਚਨਾ ਦੇ ਅੰਦਰ ਕਿਸਮਾਂ ਵੇਖ ਰਹੇ ਹਾਂ, ਇਹ ਸਾਰੀਆਂ ਕਿਸਮਾਂ ਪਰਮਾਤਮਾ ਜੀ ਦੇ ਹੁਕਮ ਤੋਂ ਪੈਦਾ ਹੋਈਆਂ ਨੇ। ਤੇ ਇੱਕ ਗੱਲ ਹੋਰ ਚੇਤੇ ਰੱਖਣਾ, ਪੈਦਾਇਸ਼ ਵੀ ਪਰਮਾਤਮਾ ਜੀ ਦੇ ਹੁਕਮ ਵਿੱਚ, ਜੀਵਾਂ ਦੀ ਰਚਨਾ ਵੀ ਪਰਮਾਤਮਾ ਜੀ ਦੇ ਹੁਕਮ ਵਿੱਚ, ਨਾਲ ਹੀ ਇਹ ਸ਼ਬਦ ਵੀ ਦਰਜ ਕਰ ਦਿੱਤਾ ਪਰਲੋ, ਭਾਵ ਕੇ ਜਿਹੜਾ ਖਤਮ ਹੋਵੇਗਾ, ਨਾਸ਼ ਹੋਏਗਾ, ਸਮਾਪਤੀ ਹੋਏਗੀ, ਉਹ ਵੀ ਰੱਬ ਜੀ ਦੇ ਹੁਕਮ ਵਿੱਚ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਨਮ ਵੀ ਹੁਕਮ ਵਿੱਚ ਹੈ, ਮੌਤ ਵੀ ਹੁਕਮ ਵਿੱਚ ਹੈ। ਤੇ ਇੱਥੇ ਸ਼ਬਦ ਵਰਤਿਆ ਭਾਣਾ, ਭਾਵ ਕੇ ਭਾਣਾ ਵੀ ਅਸੀਂ ਸ਼ਬਦ ਵਰਤਦੇ ਹਾਂ, ਅਸੀਂ ਭਾਣੇ ਸ਼ਬਦ ਨੂੰ ਜੋੜ ਦਿੰਦੇ ਹਾਂ ਕਿ ਇਹ ਸ਼ਬਦ ਦੁਖਦਾਇਕ ਹੈ। ਜਦੋਂ ਕੋਈ ਚੜ੍ਹਾਈ ਕਰ ਜਾਵੇ ਅਸੀਂ ਕਹਿੰਦੇ ਹਾਂ ਭਾਣਾ ਵਾਪਰ ਗਿਆ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਭਾਣੇ ਸ਼ਬਦ ਨੂੰ ਕੇਵਲ ਮੌਤ ਵਾਸਤੇ ਨਹੀਂ ਵਰਤਿਆ, ਇਸ ਸ਼ਬਦ ਦੀ ਵਰਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਖੁਸ਼ੀ ਵਾਸਤੇ ਦੇਖੋ ਕਰ ਰਹੇ ਨੇ ਗੁਰਬਾਣੀ ਦੇ ਅੰਦਰ। ਜਾਤ ਇਸ ਭਾਣਾ ਤਾਂ ਜੰਮਿਆ, ਭਾਵ ਕੇ ਉਸ ਪਰਮਾਤਮਾ ਦਾ ਭਾਣਾ ਹੈ, ਹੁਕਮ ਹੈ, ਤਾਂ ਤੇਰਾ ਜਨਮ ਹੋਇਆ। ਨਹੀਂ ਤਾਂ ਅਸੀਂ ਜਦੋਂ ਕੋਈ ਦੁਖਦਾਇਕ ਘਟਨਾ ਵਾਪਰ ਜਾਵੇ ਉਦੋਂ ਹੀ ਕਹਿੰਦੇ ਹਾਂ ਵੀ ਭਾਣਾ ਵਾਪਰ ਗਿਆ, ਉਦੋਂ ਹੀ ਕਹਿੰਦੇ ਹਾਂ। ਤੇ ਜੇ ਕਿਸੇ ਦੇ ਘਰ ਕਿਸੇ ਨੇ ਜਨਮ ਲੈ ਲਿਆ ਹੋਵੇ ਤੇ ਕੋਈ ਕਹਿ ਦੇਵੇ ਵੀ ਤੇਰੇ ਘਰ ਭਾਣਾ ਵਾਪਰ ਵਿਆ, ਸਾਡੇ ਮੱਥੇ ਤੇ ਤਿਉੜੀ ਪੈ ਜਾਏਗੀ, ਗੁੱਸਾ ਚੜ ਜਾਏਗਾ ਵੀ ਤੂੰ ਇਹ ਗੱਲ ਕੀ ਕਹਿ ਰਿਹਾ, ਕਿਉਂਕਿ ਭਾਣੇ ਸ਼ਬਦ ਨੂੰ ਅਸੀਂ ਸਾਡੀ ਜ਼ਿੰਦਗੀ ਵਿੱਚ ਦੁਖਦਾਇਕ ਘਟਨਾ ਨਾਲ ਜੋੜ ਦਿੱਤਾ, ਜਦੋਂ ਕਿ ਭਾਣਾ ਸ਼ਬਦ ਸੁੱਖ ਵੇਲੇ ਦਾ ਸ਼ਬਦ ਵੀ ਹੈ। ਜਾਤ ਇਸ ਭਾਣਾ ਤਾਂ ਜੰਮਿਆ, ਤੂੰ ਜੰਮਿਆ ਹੀ ਤਾਂ ਹੈ, ਜਨਮ ਹੀ ਇਸ ਕਰਕੇ ਹੋਇਆ ਕਿਉਂਕਿ ਉਸ ਪਰਮਾਤਮਾ ਜੀ ਦਾ ਹੁਕਮ ਹੈ ਭਾਣਾ ਹੈ। ਇਹਦਾ ਅਰਥ ਭਾਣੇ ਆਵੇ ਜਾਏ, ਹੁਕਮ ਵਿੱਚ ਹੀ ਮਨੁੱਖ ਆਉਂਦਾ ਹੈ, ਜੀਵ ਆਉਂਦੇ ਨੇ, ਸੰਸਾਰ ਦੀ ਉਤਪਤੀ ਹੋ ਰਹੀ ਹੈ, ਤੇ ਹੁਕਮ ਦੇ ਵਿੱਚ ਹੀ ਜਾਏ ਦਾ ਅਰਥ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਨੇ, ਚਲੇ ਜਾਂਦੇ ਨੇ। ਇਸ ਕਰਕੇ ਇਸ ਸੰਸਾਰ ਦੇ ਅੰਦਰ ਆਉਣ ਵਾਲਾ ਹਰ ਇੱਕ ਜੀਵ ਇਹ ਦਿਲ ਵਿੱਚ ਨਿਸ਼ਚਾ ਨਾ ਕਰਕੇ ਬੈਠਾ ਹੋਵੇ ਕਿ ਮੈਂ ਜੇ ਇਸ ਸੰਸਾਰ ਵਿੱਚ ਜਨਮ ਲੈ ਲਿਆ ਆ ਗਿਆ ਤੇ ਮੈਂ ਕਦੀ ਜਾਵਾਂਗਾ ਨਹੀਂ। ਉਤਪਤ ਪਰਲੋ ਸ਼ਬਦੇ ਹੋਵੇ, ਹੁਕਮ ਵਿੱਚ ਹੀ ਜਨਮ, ਹੁਕਮ ਵਿੱਚ ਹੀ ਮੌਤ, ਸ਼ਬਦੇ ਹੀ ਫਿਰ ਉਪਤ ਹੋਵੇ, ਤੇ ਹੁਕਮ ਦੇ ਵਿੱਚ ਫਿਰ ਦੁਬਾਰਾ ਇੱਕ ਵਾਰ ਪੈਦਾਇਸ਼ ਹੋਈ, ਜਨਮ ਹੋਇਆ, ਫਿਰ ਨਾਸ਼ ਹੋ ਗਿਆ, ਖਤਮਾ ਹੋ ਗਿਆ, ਸੰਸਾਰ ਦੇ ਜੀਵ ਇਸ ਦੁਨੀਆਂ ਤੋਂ ਜਾਣ ਲੱਗ ਪਏ। ਤੇ ਕਹਿੰਦੇ ਜਿਵੇਂ ਜਿਵੇਂ ਇਸ ਦੁਨੀਆਂ ਦੇ ਉੱਤੇ ਵਿਨਾਸ਼ ਹੁੰਦਾ ਗਿਆ, ਖਾਤਮਾ ਹੁੰਦਾ ਗਿਆ, ਤੇ ਕਹਿੰਦੇ ਫਿਰ ਦੁਬਾਰਾ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਹੀ ਫਿਰ ਦੁਬਾਰਾ ਉਤਪਤੀ ਹੋਣ ਲੱਗ ਪਈ। ਭਾਵ ਕਿ ਇਹ ਜਿਹੜਾ ਜਨਮ ਤੇ ਮਰਨ ਹੈ ਨਾ, ਇਹ ਲਗਾਤਾਰ ਚੱਲ ਰਿਹਾ ਹੈ। ਜੀਵ ਜਨਮ ਲਈ ਜਾ ਰਹੇ ਨੇ, ਜੀਵ ਮਰੀ ਜਾ ਰਹੇ ਨੇ, ਇੱਕ ਪਾਸੇ ਮੌਤਾਂ ਹੋ ਰਹੀਆਂ ਨੇ, ਸੰਸਾਰ ਤੋਂ ਲੋਕ ਵਿਦਾ ਹੋ ਰਹੇ ਨੇ, ਦੂਸਰੇ ਪਾਸੇ ਜਨਮ ਹੋ ਰਿਹਾ ਹੈ। ਇੱਕ ਪਾਸੇ ਇੱਕ ਘਰ ਦੇ ਵਿੱਚ ਜਨਮ ਹੋਇਆ, ਦੂਸਰੇ ਘਰ ਦੇ ਵਿੱਚ ਮੌਤ ਹੋਈ, ਭਾਵ ਕਿ ਇਹ ਸੰਸਾਰ ਦਾ ਜਿਹੜਾ ਕਾਰਜ ਜਨਮ ਤੇ ਮਰਨ ਵਾਲਾ, ਪੈਦਾ ਤੇ ਨਾਸ਼ ਹੋਣ ਵਾਲਾ, ਇਹ ਇਸ ਅਕਾਲ ਪੁਰਖ ਜੀ ਦੀ ਰਚਨਾ ਅੰਦਰ ਲਗਾਤਾਰ ਇਸ ਤਰ੍ਹਾਂ ਚੱਲਦਾ ਪਿਆ ਹੈ। ਸ਼ਬਦੇ ਹੀ ਫਿਰ ਉਪਤ ਹੋਵੇ, ਹੁਕਮ ਦੇ ਵਿੱਚ ਹੀ ਕਹਿੰਦੇ ਫਿਰ ਦੁਬਾਰਾ ਪੈਦਾਇਸ਼ ਉਤਪਤੀ ਹੁੰਦੀ ਹੈ, ਭਾਵ ਪਹਿਲਾਂ ਜਨਮ, ਫਿਰ ਮੌਤ, ਫਿਰ ਦੁਬਾਰਾ ਪੈਦਾਇਸ਼। ਇਸ ਤਰ੍ਹਾਂ ਪਰਮਾਤਮਾ ਜੀ ਦਾ ਹੁਕਮ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ, ਚੱਲ ਰਿਹਾ ਹੈ। ਸਤਿਗੁਰੂ ਜੀ ਫਿਰ ਅਗਲਾ ਬਚਨ ਕਰਦੇ ਹੋਏ ਸਾਨੂੰ ਕੀ ਸਮਝਾਉਂਦੇ ਨੇ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਗੁਰਮੁਖ ਵਰਤੈ ਸਭ ਆਪੇ ਸੱਚਾ, ਜਦੋਂ ਗੁਰੂ ਨੂੰ ਪਿਆਰ ਕਰਨ ਵਾਲਾ, ਗੁਰੂ ਜੀ ਦੇ ਮੁਤਾਬਕ ਜ਼ਿੰਦਗੀ ਜਿਉਣ ਵਾਲਾ,
ਗੁਰੂ ਦੇ ਸਨਮੁਖ ਰਹਿ ਕੇ ਜ਼ਿੰਦਗੀ ਨੂੰ ਬਤੀਤ ਕਰਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਗੁਰੂ ਜੀ ਨੂੰ ਆਪਣੇ ਅੰਦਰ ਵਸਦਾ ਹੋਇਆ ਸਮਝ ਕੇ ਜੀਵਨ ਦੀ ਯਾਤਰਾ ਤੈਅ ਕਰਦਾ ਹੋਇਆ ਜ਼ਿੰਦਗੀ ਬਤੀਤ ਕਰਦਾ ਹੈ। ਤੇ ਕਹਿੰਦੇ ਉਹਨੂੰ ਇੱਕ ਸਮਝ ਆਉਂਦੀ ਹੈ, ਇੱਕ ਗੱਲ ਪਤਾ ਲੱਗਦੀ ਹੈ। ਉਹ ਕਿਹੜੀ ਗੱਲ ਪਤਾ ਲੱਗੀ? ਗੁਰਮੁਖ, ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਸਨਮੁਖ ਰਹਿ ਕੇ ਕੀ ਸਮਝ ਆਇਆ ਜੀ? ਗੁਰਮੁਖ ਵਰਤੈ ਸਭ ਆਪੇ ਸੱਚਾ, ਵਰਤੈ ਸਭ ਆਪੇ ਸੱਚਾ, ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰਿਆਂ ਵਿੱਚ ਇੱਕ ਰਸ ਆਪਣੀ ਜੋਤ ਦੇ ਰਾਹੀਂ ਵਰਤ ਰਿਹਾ ਹੈ। ਸਾਰਿਆਂ ਵਿੱਚ ਪਰਮਾਤਮਾ ਦੀ ਜੀ ਜੋਤ ਕੰਮ ਕਰ ਰਹੀ ਹੈ, ਸਾਰਿਆਂ ਵਿੱਚ ਪਰਮਾਤਮਾ ਜੀ ਦੀ ਅੰਸ਼ ਕੰਮ ਕਰ ਰਹੀ ਹੈ, ਸਾਰਿਆਂ ਵਿੱਚ ਪਰਮਾਤਮਾ ਜੀ ਦੀ ਹੋਂਦ ਕੰਮ ਕਰ ਰਹੀ ਹੈ। ਭਾਵ ਕਿ ਕੋਈ ਵੀ ਪਰਮਾਤਮਾ ਜੀ ਦੇ ਅੰਦਰ ਟਿਕੀ ਹੋਈ ਜੋਤ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਆਪਾਂ ਸ਼ਬਦ ਜੋਤ ਵਰਤਿਆ, ਕਿਸੇ ਵੀ ਤਰ੍ਹਾਂ ਦਾ ਨਾਮ ਰੱਖਿਆ ਜਾ ਸਕਦਾ, ਕਿਉਂਕਿ ਅੰਦਰ ਜਿਹੜੀ ਚੀਜ਼ ਕੰਮ ਕਰ ਰਹੀ ਹੈ, ਅਸੀਂ ਬੋਲ ਰਹੇ ਹਾਂ, ਕੋਈ ਖਾ ਰਿਹਾ ਹੈ, ਇੱਕਦਮ ਬੰਦਾ ਡਿੱਗ ਪਿਆ, ਇੱਕਦਮ ਬੰਦਾ ਮਰ ਜਾਂਦਾ ਹੈ, ਤੇ ਹੁੰਦਾ ਇਹੋ ਜਿਹਾ ਕੀ ਹੈ ਕਿ ਜਿਸ ਕਰਕੇ ਇੱਕ ਚੰਗਾ ਭਲਾ ਤੁਰਦਾ ਹੋਇਆ ਬੰਦਾ ਉਹ ਇੱਕਦਮ ਡਿੱਗ ਪਿਆ, ਇੱਕਦਮ ਉਹ ਇਸ ਤਰ੍ਹਾਂ ਹੋ ਗਿਆ ਵੀ ਹੁਣੇ ਤਾਂ ਤੁਰ ਰਿਹਾ ਸੀ, ਹੁਣੇ ਕੰਮ ਕਰ ਰਿਹਾ ਸੀ, ਤੇ ਹੁਣੇ ਕੀ ਅੰਦਰੋਂ ਇਹੋ ਜਿਹਾ ਚਲਾ ਗਿਆ ਜਿਸ ਕਰਕੇ ਕਹਿੰਦੇ ਬੰਦੇ ਦੀ ਮੌਤ ਹੋ ਗਈ, ਜਿਸ ਕਰਕੇ ਕਿਹਾ ਗਿਆ ਬੰਦਾ ਮਰ ਗਿਆ। ਭਾਵ ਕਿ ਉਸ ਚੀਜ਼ ਦਾ ਨਾਮ, ਉਹਨੂੰ ਜੋਤ ਕਹਿ ਲਓ, ਕੋਈ ਹੋਰ ਨਾਮ ਰੱਖ ਲਓ, ਭਾਵ ਇਸ਼ਾਰਾ ਇਹ ਜੇ ਕਿ ਉਸ ਅਕਾਲ ਪੁਰਖ ਜੀ ਦੇ ਉਸ ਅੰਸ਼ ਤੋਂ ਬਿਨਾਂ ਕੋਈ ਵੀ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਸਾਰਿਆਂ ਵਿੱਚ ਅਕਾਲ ਪੁਰਖ ਜੀ ਆਪ ਵਰਤ ਰਹੇ ਨੇ, ਸਾਰਿਆਂ ਵਿੱਚ ਅਕਾਲ ਪੁਰਖ ਜੀ ਆਪ ਵਰਤਦੇ ਹੋਏ ਇਸ ਸੰਸਾਰ ਦੇ ਅੰਦਰ ਵਿਚਰ ਰਹੇ ਨੇ। ਆਪਾਂ ਉਦਾਹਰਨ ਬੜੀ ਪਿਆਰੀ ਲੈ ਸਕਦੇ ਹਾਂ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਜਿਵੇਂ ਫੁੱਲ ਦੇ ਅੰਦਰ ਮਕਰੰਦ ਰੂਪ ਵਿੱਚ ਪਰਮਾਤਮਾ ਹੈ, ਭਵਰੇ ਰੂਪ ਵਿੱਚ ਪਰਮਾਤਮਾ ਆਪ ਆ ਕੇ ਮਕਰੰਦ ਰੂਪ ਉਸ ਸਵਾਦ ਨੂੰ ਮਾਨਣ ਵਾਸਤੇ ਫੁੱਲ ਰੂਪ ਪਰਮਾਤਮਾ ਤੇ ਬੈਠ ਕੇ ਮਕਰੰਦ ਰੂਪ ਪਰਮਾਤਮਾ ਦਾ ਰਸ ਲੈ ਕੇ ਕਹਿੰਦਾ ਹੋਵੇ ਵੀ ਬੜਾ ਆਨੰਦ ਆਇਆ। ਭਾਵ ਕਿ ਰਸ ਵੀ ਉਹ ਆਪ, ਰਸ ਲੈਣ ਵਾਲਾ ਵੀ ਉਹ ਆਪ, ਤੇ ਰਸ ਲੈ ਕੇ ਇਹ ਗੱਲ ਕਹਿਣ ਵਾਲਾ ਵੀ ਬੜਾ ਆਨੰਦ ਆਇਆ, ਬੜਾ ਸਵਾਦ ਆਇਆ, ਇਹ ਗੱਲ ਕਹਿਣ ਵਾਲਾ ਵੀ ਉਹ ਆਪ, ਕਿਉਂਕਿ ਅੰਦਰ ਜੋਤ ਪਰਮਾਤਮਾ ਦੀ। ਗੁਰਮੁਖ ਵਰਤੈ ਸਭ ਆਪੇ ਸੱਚਾ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਜੀ ਇਸ ਤਰ੍ਹਾਂ ਜੀ ਸਾਰਿਆਂ ਦੇ ਵਿੱਚ ਵਰਤ ਰਹੇ ਨੇ, ਸਾਰਿਆਂ ਵਿੱਚ ਉਹਨਾਂ ਦੀ ਹੋਂਦ ਹੈ। ਗੁਰਮੁਖ ਉਪਾਏ ਸਮਾਵਣਿਆ, ਗੁਰੂ ਦੇ ਸਨਮੁਖ ਰਹਿ ਕੇ ਇਹ ਗੱਲ ਪਤਾ ਲੱਗ ਗਈ, ਇਹ ਅਨੁਭਵ ਹੋ ਗਿਆ। ਉਪਾਏ ਪੈਦਾ ਕਰਕੇ, ਜਨਮ ਦੇ ਕੇ, ਬਣਾ ਕੇ, ਸਮਾਵਣਿਆ ਤੇ ਫਿਰ ਦੁਬਾਰਾ ਪਰਮਾਤਮਾ ਜੀ ਦੇ ਵਿੱਚ ਲੀਨ ਹੋ ਗਏ। ਫਿਰ ਦੁਬਾਰਾ ਜਿਹੜਾ ਇਹ ਸਰੀਰ ਖਤਮ ਹੋ ਗਿਆ, ਆਕਾਰ ਖਤਮ ਹੋ ਗਿਆ, ਆਕਾਰ ਬਣੇ, ਦਰਖਤ ਪੈਦਾ ਹੋਏ, ਪੰਛੀ ਪੈਦਾ ਹੋਏ, ਭਾਵ ਕਿ ਉਪਾਏ ਇਹਨਾਂ ਸਾਰਿਆਂ ਨੂੰ ਪੈਦਾ ਕੀਤਾ, ਕਿਤੇ ਪੰਛੀਆਂ ਨੂੰ ਪੈਦਾ ਕੀਤਾ, ਕਿਤੇ ਜਾਨਵਰਾਂ ਨੂੰ ਪੈਦਾ ਕੀਤਾ, ਕਦੀ ਕਿਸੇ ਨੂੰ ਪੈਦਾ ਕੀਤਾ, ਪੈਦਾ ਕਰਨ ਤੋਂ ਬਾਅਦ ਇੱਕਦਮ ਉਹਨਾਂ ਦਾ ਖਾਤਮਾ ਵੀ ਕਰ ਦਿੱਤਾ, ਸਮਾਵਣੇ ਆ। ਲੇਕਿਨ ਜਦੋਂ ਉਹਨਾਂ ਦੀ ਸਮਾਪਤੀ ਹੋਈ, ਖਾਤਮਾ ਹੋਇਆ, ਫਿਰ ਕਿੱਥੇ ਗਏ ਜੀ? ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਨੇ, ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਜਿਸ ਤਰ੍ਹਾਂ ਪਾਣੀ ਦੀਆਂ ਬੂੰਦਾਂ ਪਾਣੀ ਵਿੱਚ ਮਿਲ ਜਾਣ, ਜਿਸ ਤਰ੍ਹਾਂ ਕਹਿੰਦੇ ਜਿਹੜਾ ਸੋਨਾ ਹੈ ਨਾ, ਸੋਨੇ ਦਾ ਕੜਾ, ਸੋਨੇ ਦੇ ਕੜੇ ਨੂੰ ਜਦੋਂ ਪਗਲਾ ਦਿੱਤਾ, ਸੋਨੇ ਦੇ ਹਾਰ ਨੂੰ ਪਗਲਾ ਦਿੱਤਾ, ਜਦੋਂ ਉਹਨਾਂ ਨੂੰ ਕੁਠਾਲੀ ਵਿੱਚ ਪਾ ਕੇ ਅੱਗ ਤੇ ਰੱਖ ਕੇ ਸੇਕ ਦਿੱਤਾ, ਵੇਖਣ ਵਿੱਚ ਸੋਨੇ ਦਾ ਕੜਾ ਹੋਰ ਹੈ, ਵੇਖਣ ਵਿੱਚ ਸੋਨੇ ਦੀ ਛਾਪ ਹੋਰ ਹੈ, ਵੇਖਣ ਦੇ ਵਿੱਚ ਸੋਨੇ ਦਾ ਹਾਰ ਹੋਰ ਹੈ, ਵੱਖ ਵੱਖ ਤਰੀਕੇ ਦੇ ਇਹ ਜਿਹੜੇ ਹਾਰ ਸ਼ਿੰਗਾਰ ਦੇ, ਜਿਵੇਂ ਸੋਨੇ ਦਾ ਕੜਾ, ਸੋਨੇ ਦੀ ਛਾਪ, ਸੋਨੇ ਦਾ ਹਾਰ, ਰੂਪ ਵੱਖ ਵੱਖ, ਪਹਿਨਣ ਦੇ ਤਰੀਕੇ ਵੀ ਵੱਖ ਵੱਖ, ਪਰ ਉਹਨਾਂ ਦੀ ਧਾਤ ਇੱਕੋ ਹੀ ਹੈ, ਕਿਉਂਕਿ ਉਹਨਾਂ ਨੂੰ ਬਣਾਉਣ ਵਾਲਾ ਸੁਨਿਆਰਾ ਹੈ। ਤੇ ਜਦੋਂ ਸੁਨਿਆਰੇ ਦੇ ਹੱਥ ਆਏ ਨਾ ਵਾਪਸ, ਛਾਪ ਸੋਨੇ ਦੀ ਜਿਹੜੀ ਹੈ ਉਹ ਬੜੀ ਕੀਮਤੀ, ਸੁਨਿਆਰੇ ਦੇ ਹੱਥ ਆਈ, ਹਾਰ ਵਾਪਸ ਉਹਦੇ ਹੱਥ ਆਇਆ, ਉਹਨੇ ਕੁਠਾਲੀ ਵਿੱਚ ਸਾਰਿਆਂ ਨੂੰ ਇਕੱਠਾ ਕਰਕੇ ਥੱਲੇ ਅੱਗ ਲਾ ਦਿੱਤੀ, ਉਹਨੂੰ ਕੁਠਾਲੀ ਵਿੱਚ ਪਾ ਕੇ ਸੇਕ ਲਾ ਦਿੱਤਾ, ਤੇ ਜਦੋਂ ਸੇਕ ਲੱਗਿਆ,
ਸੋਨੇ ਦਾ ਹਾਰ ਪਤਾ ਨਹੀਂ ਕਿੱਥੇ ਗਿਆ, ਸੋਨੇ ਦੀ ਛਾਪ ਪਤਾ ਨਹੀਂ ਕਿੱਥੇ ਗਈ, ਏਦਾਂ ਹੀ ਸੋਨੇ ਦਾ ਕੜਾ ਪਤਾ ਨਹੀਂ ਕਿੱਥੇ ਗਿਆ। ਭਾਵ ਉਹਨਾਂ ਦਾ ਜਿਹੜਾ ਬਾਹਰੀ ਰੂਪ ਵੱਖਰਾ ਨਜ਼ਰ ਆ ਰਿਹਾ ਸੀ ਉਹ ਖਤਮ ਹੋ ਗਿਆ, ਜਿਹੜੀ ਉਹਨਾਂ ਦੀ ਇੱਕ ਧਾਤ ਸੀ, ਜਿਹੜਾ ਅੰਦਰ ਵਾਲਾ ਰੂਪ ਇੱਕ ਸੀ, ਜਿਹਨੂੰ ਸੋਨਾ ਸ਼ਬਦ ਕਿਹਾ, ਜਿਸ ਦਾ ਨਾਮ ਸੋਨਾ ਰੱਖਿਆ, ਉਸੇ ਹੀ ਫਿਰ ਇੱਕ ਖਾਸ ਰੂਪ ਵਿੱਚ ਬਦਲ ਗਏ, ਕਨਵਰਟ ਹੋ ਗਏ। ਭਾਵ ਸੋਨੇ ਦੀ ਛਾਪ, ਸੋਨੇ ਦਾ ਕੜਾ, ਸੋਨੇ ਦਾ ਹਾਰ ਉਸ ਸੋਨੇ ਦੀ ਧਾਤੂ ਵਿੱਚ ਬਦਲ ਗਏ, ਕਿਉਂਕਿ ਉਹਨਾਂ ਨੂੰ ਬਣਾਉਣ ਵਾਲਾ ਸੁਨਿਆਰਾ ਹੈ, ਉਹਨਾਂ ਨੂੰ ਬਣਾਉਣ ਵਾਲਾ ਇੱਕ ਹੈ। ਉਸ ਸੁਨਿਆਰੇ ਨੇ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਖਾਸ ਤਰ੍ਹਾਂ ਦਾ ਢੇਲਾ ਤਿਆਰ ਕਰ ਦਿੱਤਾ, ਉਹਨਾਂ ਦੀ ਅਲੱਗ ਅਲੱਗ ਹੋਂਦ ਖਤਮ ਕਰ ਦਿੱਤੀ। ਜਿਸ ਤਰ੍ਹਾਂ ਅਸੀਂ ਬਾਹਰੀ ਤੌਰ 'ਤੇ ਵੱਖਰੇ ਵੱਖਰੇ ਦਿਖਦੇ ਹਾਂ, ਨਜ਼ਰ ਆਉਂਦੇ ਹਾਂ, ਲੇਕਿਨ ਜਦੋਂ ਪਰਮਾਤਮਾ ਸਾਰਿਆਂ ਦਾ ਨਾਸ਼ ਕਰਦਾ ਹੈ, ਵਿਨਾਸ਼ ਕਰਦਾ ਹੈ, ਇਹ ਜਿਹੜੀ ਅੰਦਰ ਦੀ ਇੱਕ ਜੋਤ ਹੈ ਨਾ, ਜਿੱਦਾਂ ਸੋਨੇ ਦੀ ਧਾਤੂ ਦੇ ਅੰਦਰ, ਸੋਨੇ ਦੇ ਅੰਦਰ ਉਹਦੀ ਧਾਤੂ, ਉਹਦੀ ਜੋਤ ਸੋਨਾ, ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੀ ਅੰਸ਼, ਜਿਹੜੀ ਜੋਤ, ਜਦੋਂ ਇਹ ਬਾਹਰੀ ਭਾਂਡੇ ਖਤਮ ਹੋਏ, ਬਾਹਰੀ ਤੌਰ 'ਤੇ ਦਿੱਖ ਰੂਪ ਵਿੱਚ ਸਰੀਰ ਆਕਾਰ ਖਤਮ ਹੋਏ, ਵਿਨਾਸ਼ ਹੋਇਆ, ਅੰਦਰ ਕੰਮ ਕਰਨ ਵਾਲੀ ਨਿਰੰਕਾਰ ਦੀ ਜੋਤ ਅਕਾਲ ਪੁਰਖ ਪਰਮਾਤਮਾ ਵਿੱਚ ਸਮਾ ਗਈ, ਇੱਕ ਰੂਪ ਹੋ ਗਏ, ਸਮਾਵਣਿਆ ਭਾਵ ਸਮਾ ਗਏ। ਇੱਥੇ ਆਪਾਂ ਇਸ ਪੰਕਤੀ ਦੇ ਆਪਾਂ ਅਰਥ ਸਮਝਣ ਦਾ ਯਤਨ ਕੀਤਾ। ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ। ਇਸ ਕਰਕੇ ਹਉ ਵਾਰੀ ਮੈਂ ਕੁਰਬਾਨ ਜਾਂਦਾ ਹਾਂ, ਮੈਂ ਬਲਹਾਰ ਜਾਂਦਾ ਹਾਂ, ਜਿਉ ਵਾਰੀ ਭਾਵ ਕੇ ਮੇਰਾ ਅੰਦਰ, ਮੇਰਾ ਹਿਰਦਾ ਵੀ ਕੁਰਬਾਨ ਜਾਂਦਾ ਹੈ। ਕਿਸ ਤੋਂ ਜੀ? ਮੈਂ ਕਿਸ ਤੋਂ ਬਲਹਾਰ ਜਾਂਦਾ ਹਾਂ? ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ। ਜਿਸਨੇ ਪੂਰੇ ਗੁਰੂ ਨੂੰ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ, ਜਿਸ ਦੇ ਮਨ ਵਿੱਚ ਪੂਰਾ ਗੁਰੂ ਵਸਿਆ ਹੋਇਆ ਹੈ, ਜਿਸਨੇ ਪੂਰੇ ਗੁਰੂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ, ਸਤਿਗੁਰ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ, ਮੇਰਾ ਜੀ ਕਰਦਾ ਹੈ ਮੈਂ ਉਸ ਤੋਂ ਬਲਹਾਰ ਜਾਵਾਂ, ਮੈਂ ਐਸੇ ਅਕਾਲ ਪੁਰਖ ਜੀ ਦੇ, ਪਰਮਾਤਮਾ ਦੇ ਸੇਵਕ ਤੋਂ ਕੁਰਬਾਨ ਜਾਵਾਂ ਜਿਸ ਨੇ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ, ਜਿਸ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ। ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਜਦੋਂ ਮੈਂ ਗੁਰੂ ਨੂੰ ਮਨ ਵਿੱਚ ਵਸਾ ਲਿਆ, ਗੁਰੂ ਮੇਰੇ ਮਨ ਵਿੱਚ ਵਸ ਗਿਆ ਨਾ, ਤੇ ਗੁਰੂ ਨੇ ਇੱਕ ਕਿਰਪਾ ਕੀਤੀ, ਗੁਰੂ ਤੋਂ ਮੈਨੂੰ ਇੱਕ ਗੁਣ ਮਿਲਿਆ। ਗੁਣ ਤੇ ਬਹੁਤ ਮਿਲਦੇ ਨੇ, ਪਰ ਇੱਥੇ ਜਿਸ ਗੁਣ ਦੀ ਗੱਲ ਹੋ ਰਹੀ ਹੈ ਆਪਾਂ ਉਸ ਗੱਲ ਦਾ ਜ਼ਿਕਰ ਕਰਨ ਲੱਗੇ ਹਾਂ ਕਿ ਗੁਰੂ ਨੇ ਰਹਿਮਤ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਤੋਂ ਮੈਨੂੰ ਅਡੋਲਤਾ ਦੀ ਅਵਸਥਾ ਮਿਲ ਗਈ, ਗੁਰ ਤੇ ਸ਼ਾਂਤ, ਗੁਰੂ ਤੋਂ ਮੈਨੂੰ ਸ਼ਾਂਤੀ ਮਿਲ ਗਈ। ਸ਼ਾਂਤੀ ਦਾ ਅਰਥ ਆਤਮਕ ਅਡੋਲਤਾ। ਹੁਣ ਮੈਂ ਆਤਮਕ ਤੌਰ 'ਤੇ ਡੋਲਦਾ ਨਹੀਂ, ਮੈਨੂੰ ਦੁਨੀਆਂ ਦੀ ਕੋਈ ਚੀਜ਼ ਡਲਾ ਨਹੀਂ ਸਕਦੀ, ਮੈਨੂੰ ਦੁਨੀਆਂ ਦਾ ਕੋਈ ਲਾਲਚ ਪਿੱਛੇ ਨਹੀਂ ਹਟਾ ਸਕਦਾ। ਦੁਨੀਆਂ ਦੇ ਲਾਲਚ ਵਿੱਚ ਆ ਕੇ ਮੈਂ ਧਰਮ ਤੋਂ ਪਛਾਣ ਨਹੀਂ ਹਟਾਂਗਾ, ਕਿਉਂਕਿ ਮੇਰੀ ਆਤਮਕ ਅਵਸਥਾ ਅਜਿਹੀ ਬਣ ਚੁੱਕੀ ਹੈ ਕਿ ਆਤਮਕ ਤੌਰ 'ਤੇ ਮੈਂ ਇੰਨਾ ਕੁ ਜ਼ਿਆਦਾ ਪਰਪੱਕ ਹੋ ਚੁੱਕਿਆ, ਮੇਰੀ ਅਡੋਲਤਾ ਬਣ ਗਈ। ਮੈਨੂੰ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਜਦੋਂ ਮੈਂ ਗੁਰੂ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਿਆ, ਐਸੀ ਬਖਸ਼ਿਸ਼ ਮੇਰੇ 'ਤੇ ਹੋਈ ਕਿ ਹੁਣ ਮੈਂ ਡੋਲਦਾ ਨਹੀਂ, ਗੁਰ ਤੇ ਸ਼ਾਂਤ, ਮੇਰਾ ਹਿਰਦਾ ਜਿਹੜਾ ਉਹ ਬਿਲਕੁਲ ਸਕੂਨ ਵਿੱਚ ਆ ਗਿਆ, ਆਨੰਦ ਵਿੱਚ ਆ ਗਿਆ। ਭਗਤ ਕਰੇ ਦਿਨ ਰਾਤੀ, ਫਿਰ ਜਦੋਂ ਮੈਂ ਪਰਮਾਤਮਾ ਜੀ ਨੇ, ਜਦੋਂ ਸਤਿਗੁਰੂ ਜੀ ਨੂੰ ਮੇਰੇ ਮਨ ਵਿੱਚ ਵਸਾ ਦਿੱਤਾ ਨਾ, ਗੁਰੂ ਮੇਰੇ ਮਨ ਵਿੱਚ ਵਸ ਗਿਆ, ਉਸ ਗੁਰੂ ਦੇ ਰਾਹੀਂ ਭਗਤ ਕਰੇ ਦਿਨ ਰਾਤੀ, ਮੈਂ ਦਿਨ ਰਾਤ ਭਗਤੀ ਵਿੱਚ ਲੱਗ ਗਿਆ, ਭਗਤੀ ਵਿੱਚ ਜੁੜ ਗਿਆ। ਜਦੋਂ ਮੈਂ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਗੁਣ ਕਹਿ ਗੁਣੀ ਸਮਾਵਣਿਆ, ਤੇ ਅਕਾਲ ਪੁਰਖ ਜੀ ਦੇ ਗੁਣਾਂ ਦੀ ਵਿਚਾਰ ਕੀਤੀ, ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕੀਤਾ, ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾਉਣਾ, ਭਾਵ ਗਾਉਣ ਦਾ ਅਰਥ ਮੈਂ ਅਕਾਲ ਪੁਰਖ ਜੀ ਦੇ ਜਿਹੜੇ ਜਿਹੜੇ ਗੁਣ ਪੜ੍ਹਦਾ ਗਿਆ, ਮੈਂ ਆਪਣੇ ਅੰਦਰ ਧਾਰਨ ਕਰਦਾ ਗਿਆ। ਮੈਂ ਪੜ੍ਹਿਆ ਅਕਾਲ ਪੁਰਖ ਜੀ ਨਿਰਭਉ ਨੇ,
ਤੇ ਮੈਂ ਵੀ ਨਿਰਭਉ ਹੋ ਗਿਆ। ਮੈਂ ਪੜ੍ਹਿਆ ਅਕਾਲ ਪੁਰਖ ਜੀ ਨਿਰਵੈਰ ਨੇ, ਮੈਂ ਪੜ੍ਹਦਾ ਪੜ੍ਹਦਾ ਨਿਰਵੈਰ ਨਿਰਵੈਰ ਕਹਿੰਦਾ ਕਹਿੰਦਾ ਮੇਰੇ ਅੰਦਰ ਵੀ ਵੈਰ ਭਾਵਨਾ ਆ ਗਈ। ਪਰ ਇੱਥੇ ਗੁਣ ਮੇਰੇ ਅੰਦਰ ਵਸਣ ਦਾ ਅਰਥ ਇਹ ਵੀ ਹੈ ਕਿ ਦੇਖਿਓ ਪੜ੍ਹਨ ਵਾਲਾ ਕਿਤੇ ਪੜ੍ਹਦਾ ਤੇ ਹੈ ਨਿਰਵੈਰ, ਪੜ੍ਹਦਾ ਤੇ ਹੈ ਨਿਰਭਉ, ਪਰ ਆਪ ਕਿਤੇ ਨਾ ਕਿਤੇ ਵੈਰ ਰੱਖੀ ਬੈਠਾ ਹੈ। ਪੜ੍ਹਦਾ ਤੇ ਹੈ ਨਿਰਭਉ, ਵੀ ਸਤਿਗੁਰੂ ਜੀ ਕਹਿੰਦੇ ਨਿਰਭਉ ਹੋ ਜਾ, ਡਰ ਤੋਂ ਰਹਿਤ ਹੋ ਜਾ, ਪਰ ਆਪ ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੀ ਵਾਰ ਡਰਿਆ, ਆਪ ਪਤਾ ਨਹੀਂ ਆਪਣੀ ਜ਼ਿੰਦਗੀ ਸ਼ਾਇਦ ਡਰਾਂ ਵਿੱਚ ਹੀ ਗੁਜ਼ਾਰ ਦਿੱਤੀ। ਭਾਵ ਇਕੱਲੀ ਕਹਿਣ ਮਾਤਰ ਗੱਲ ਨਹੀਂ, ਜੇ ਜਪਦਾ ਹੈ ਤੂੰ ਅਕਾਲ ਪੁਰਖ ਕਹਿੰਦਾ ਹੈ, ਤੂੰ ਨਿਰਭਉ ਕਹਿੰਦਾ ਹੈ, ਨਿਰਵੈਰ ਕਹਿੰਦਾ ਹੈ, ਰੱਬ ਦੇ ਗੁਣਾਂ ਨੂੰ ਪੜ੍ਹਦਾ ਤੇ ਹੈ, ਪਰ ਕਿਤੇ ਪੜ੍ਹਨ ਦੇ ਨਾਲ ਨਾਲ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਵੀ ਲੈ ਕੇ ਆ ਗੱਲ ਤਾਂ ਬਣਨੀ ਹੈ। ਕਿਉਂਕਿ ਜ਼ਿੰਦਗੀ ਵਿੱਚ ਜੇ ਪੜ੍ਹਨ ਨੂੰ ਹੀ ਮਹਾਨਤਾ ਹੈ ਤੇ ਚੇਤੇ ਰੱਖਣਾ, ਸਤਿਗੁਰੂ ਜੀ ਫਿਰ ਇੱਥੇ ਬਚਨ ਕਰਦੇ ਨੇ ਪਾਠ ਪੜ੍ਹਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ, ਤੇ ਮੈਂ ਉਹ ਪੰਕਤੀ ਵੱਲ ਆਵਾਂ। ਸਤਿਗੁਰੂ ਜੀ ਕਹਿੰਦੇ ਇਹਨਾਂ ਵਿਧੀਆਂ ਨਾਲ ਪਿਆਰੇ ਇਨ ਬਿਧ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ। ਉਹਨਾਂ ਵਿੱਚੋਂ ਇੱਕ ਤਰੀਕਾ ਇਹ ਵੀ ਦੱਸਿਆ ਵੀ ਕਿਹੜੇ ਤਰੀਕੇ ਨਾਲ ਨਹੀਂ ਮਿਲਿਆ ਜਾ ਸਕਦਾ। ਪਹਿਲਾ ਹੀ ਸ਼ਬਦ ਸਤਿਗੁਰੂ ਜੀ ਕਹਿੰਦੇ ਪਾਠ ਪੜ੍ਹਿਓ। ਜੇ ਪਾਠ ਪੜ੍ਹਿਆ, ਪੜ੍ਹਨ ਦਾ ਅਰਥ ਜਿਵੇਂ ਬੱਚੇ ਨੂੰ ਕਿਤਾਬ ਦੇ ਦਿੱਤੀ, ਬੱਚਾ ਕਿਤਾਬ ਰੀਡ ਕਰ ਰਿਹਾ, ਪੜ੍ਹ ਰਿਹਾ, ਪੜ੍ਹਿਆ ਤੇ ਹੈ ਉਹਨੇ, ਪਰ ਉਹਨੂੰ ਸਮਝ ਕੁਝ ਨਾ ਲੱਗੀ, ਸਮਝ ਵੀ ਨਹੀਂ ਲੱਗੀ, ਤੇ ਫਿਰ ਉਹਨੇ ਉਸ ਲੈਸਨ ਤੋਂ ਉਸ ਪੜ੍ਹੇ ਹੋਏ ਪਾਠ ਤੋਂ ਸਬਕ ਵੀ ਕੋਈ ਨਹੀਂ ਲਿਆ, ਆਪਣੇ ਅੰਦਰ ਵੀ ਕੁਝ ਨਹੀਂ ਵਸਾਇਆ। ਫਿਰ ਐਸਾ ਜਿਹੜਾ ਸਟੂਡੈਂਟ ਹੁੰਦਾ ਨਾ, ਬੱਚਾ ਹੁੰਦਾ ਹੈ, ਉਹ ਅਧਿਆਪਕ ਕੋਲੋਂ ਟੀਚਰ ਕੋਲੋਂ ਝਿੜਕਾ ਖਾਂਦਾ ਹੈ ਵੀ ਤੂੰ ਪੜ੍ਹਿਆ ਤੇ ਹੈ, ਮੇਰੀ ਗੱਲ ਤੇ ਕੋਈ ਨਹੀਂ ਮੰਨੀ, ਤੂੰ ਇੱਕ ਵੀ ਗੁਣ ਆਪਣੇ ਅੰਦਰ ਤੇ ਵਸਾਇਆ ਨਹੀਂ। ਇਹਦਾ ਭਾਵ ਇਹ ਕਿ ਇਕੱਲਾ ਪੜ੍ਹਨ ਤੱਕ ਸੀਮਤ ਨਾ ਰਹਿ ਜਾਈਏ, ਤੇ ਜਿੱਥੇ ਪੜ੍ਹਨਾ ਬੜਾ ਜ਼ਰੂਰੀ ਹੈ, ਸਿੱਖ ਨੇ ਪਾਠ ਵੀ ਕਰਨਾ ਹੈ, ਪਰ ਪਾਠ ਕਰਨ ਦੇ ਨਾਲ ਨਾਲ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਵੇ, ਮੈਂ ਵਸਾ ਲਵਾਂ ਆਪਣੇ ਹਿਰਦੇ ਵਿੱਚ, ਮੈਂ ਗੁਣਾਂ ਨੂੰ ਧਾਰਨ ਕਰ ਲਵਾਂ। ਤੇ ਇੱਥੇ ਜਿਹੜਾ ਭਗਤ ਸ਼ਬਦ ਆਇਆ ਜਿਹਨੂੰ ਅਸੀਂ ਕਹਿੰਦੇ ਹਾਂ ਭਗਤੀ, ਇੱਥੇ ਸ਼ਬਦ ਭਗਤ ਦਾ ਅਰਥ ਭਗਤੀ, ਮੈਂ ਭਗਤੀ ਵਿੱਚ ਲੱਗ ਗਿਆ। ਦੇਖਣਾ ਜੀ ਭਗਤੀ ਦੇ ਅਰਥ ਆਪਾਂ ਕੁਝ ਹੋਰ ਸਮਝ ਲੈਂਦੇ ਹਾਂ ਤੇ ਕੁਝ ਹੋਰ ਅਰਥ ਕਰਨ ਬੈਠ ਜਾਂਦੇ ਹਾਂ। ਭਗਤੀ ਦਾ ਅਰਥ ਅਸੀਂ ਇਹ ਸਮਝ ਲੈਂਦੇ ਹਾਂ ਵੀ ਇੱਕ ਥਾਂ ਤੇ ਚੌਂਕੜਾ ਲਾ ਕੇ ਬਹਿ ਗਏ, ਅੱਖਾਂ ਬੰਦ ਕਰ ਲਈਆਂ ਤੇ ਭਗਤੀ ਹੈ। ਤੇ ਦੇਖਣਾ ਜੀ ਫਿਰ ਭਗਤ ਸਾਹਿਬਾਨਾਂ ਨੇ ਭਗਤੀ ਕਿਵੇਂ ਕੀਤੀ। ਭਗਤ ਧੰਨਾ ਜੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਭਗਤ ਧੰਨਾ ਜੀ ਦਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤੇ ਉਹ ਭਗਤ ਕਿਵੇਂ ਬਣਦੇ ਨੇ। ਇਹ ਬਿੱਧ ਸੁਣ ਕੇ ਜਾਟ ਰੋਠ ਭਗਤੀ ਲਾਗਾ, ਵਿਧੀ ਸੁਣੀ, ਤਰੀਕਾ ਸੁਣਿਆ, ਢੰਗ ਪਤਾ ਲੱਗਿਆ ਵੀ ਭਗਤ ਕਿਵੇਂ ਬਣਿਆ ਜਾਂਦਾ ਹੈ। ਤੇ ਉਹ ਢੰਗ ਤਰੀਕੇ ਕਿੰਨਾ ਕੋਲੋਂ ਪਤਾ ਲੱਗੇ ਜੀ, ਜਿਨ੍ਹਾਂ ਨੂੰ ਲੋਕ ਨੀਚ ਜਾਤ ਦਾ ਕਹਿੰਦੇ ਸੀ, ਛੋਟੀਆਂ ਜਾਤਾਂ ਦਾ ਕਹਿੰਦੇ ਸੀ, ਕਹਿੰਦੇ ਸੀ ਇਹ ਤੇ ਚਮਾਰ ਹੈ ਤੇ ਪਸ਼ੂ ਢੋਣ ਵਾਲਾ ਹੈ, ਇਹ ਰੱਬ ਨਹੀਂ ਪਾ ਸਕਦਾ। ਉਹਨਾਂ ਬਾਰੇ ਸੁਣਿਆ, ਨਾਈ ਬਾਰੇ ਸੁਣਦੇ ਨੇ, ਕੀ ਸੁਣਿਆ ਆਹ ਦੇਖਣਾ ਜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਮ ਕੋ ਛਿਪਰੋ ਹੋਇਓ ਲਾਖੀਣਾ। ਕਿਸ ਤਰ੍ਹਾਂ ਨਾਮਦੇਵ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਵਿਚਾਰਦਾ ਵਿਚਾਰਦਾ ਅਕਾਲ ਪੁਰਖ ਜੀ ਦੇ ਗੁਣਾਂ 'ਚ ਅਭੇਦ ਹੋ ਗਿਆ। ਤੇ ਇਹ ਜਿੰਨੇ ਵੀ ਭਗਤ ਸਾਹਿਬਾਨਾਂ ਦਾ ਜ਼ਿਕਰ ਇਸ ਸ਼ਬਦ ਵਿੱਚ ਆਉਂਦਾ ਹੈ ਨਾ ਜੀ, ਸਾਰੇ ਕਿਰਤ ਕਰਨ ਵਾਲੇ, ਕੋਈ ਵਿਹਲੜ ਨਹੀਂ, ਕੋਈ ਇੱਕ ਥਾਂ ਤੇ ਚੌਂਕੜਾ ਲਾ ਕੇ ਬੈਠਣ ਵਾਲਾ ਨਹੀਂ, ਕੋਈ ਵੀ ਭਗਤ ਇਸ ਤਰ੍ਹਾਂ ਦਾ ਨਹੀਂ ਕਿ ਜਿਹੜਾ ਆਪਣੇ ਕੰਮ ਕਾਰ ਛੱਡ ਕੇ ਕਹੇ ਵੀ ਬਸ ਹੁਣ ਤੇ ਮੈਂ ਭਗਤੀ ਵਿੱਚ ਲੱਗ ਗਿਆ। ਭਾਵ ਕਿ ਉਹਨਾਂ ਬਾਰੇ ਸੁਣਿਆ ਵੀ ਕੰਮ ਕਰਦਿਆਂ ਕਰਦਿਆਂ ਨੇ ਕਿਵੇਂ ਰੱਬ ਨੂੰ ਪਾਇਆ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਇੱਥੇ ਤਿਆਗੀ ਮਾਇਆ ਦਾ ਅਰਥ ਏਦਾਂ ਨਹੀਂ ਕਿ ਮਾਇਆ ਹੀ ਤਿਆਗ ਦਿੱਤੀ, ਮਾਇਆ ਹੀ ਛੱਡ ਦਿੱਤੀ, ਹੁਣ ਮਾਇਆ ਲੈਣੀ ਬੰਦ ਕਰ ਦਿੱਤੀ, ਨਹੀਂ। ਭਾਵ ਕਿ ਮਾਇਆ ਵਾਲਾ ਜਿਹੜਾ ਮੋਹ ਸੀ, ਇੱਕ ਖਾਸ ਤਰ੍ਹਾਂ ਦੀ ਇੱਕ ਲਾਲਚ ਵਾਲੀ ਅਵਸਥਾ ਸੀ ਕਿ ਮੈਂ ਹੋਰ ਇਕੱਠਾ ਕਰਾਂ, ਜਹਿਨ ਵਿੱਚ ਇੱਕ ਗੱਲ ਆਉਂਦੀ ਹੈ ਵੀ ਮੈਂ ਹੋਰ ਪਦਾਰਥ ਇਕੱਠੇ ਕਰ ਲਵਾਂ, ਭਾਵ ਕਿ ਉਹ ਵਾਲੀ ਭਾਵਨਾ ਤਿਆਗ ਦਿੱਤੀ। ਅਜੇ ਵੀ ਉਹ ਕੰਮ ਕਰ ਰਹੇ ਨੇ। ਇੱਥੇ ਦੇਖਣਾ ਜੀ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਸੈਣ ਜੀ ਬਾਰੇ ਜਦੋਂ ਪਤਾ ਲੱਗਦਾ ਕਿਵੇਂ ਰੱਬ ਨੂੰ ਪਾਉਂਦੇ ਨੇ, ਇਹਨਾਂ ਭਗਤਾਂ ਬਾਰੇ ਜਦੋਂ ਭਗਤ ਧੰਨਾ ਜੀ ਨੇ ਚੰਗੀ ਤਰ੍ਹਾਂ ਵਿਚਾਰਿਆ, ਰਵਿਦਾਸ ਜੀ ਕਿਵੇਂ ਭਗਤੀ ਕਰਦੇ ਹੋਏ, ਆਪਣੇ ਕੰਮ ਕਰਦੇ ਹੋਏ, ਕਿਉਂਕਿ ਆਹ ਬਚਨ ਚੇਤੇ ਰੱਖਣਾ,
ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਵੀ ਕਰਨਾ, ਕੰਮ ਛੱਡ ਕੇ ਨਾ ਬੈਠ ਜਾਵੀ, ਕਿਤੇ ਧੰਦੇ ਨਾ ਛੱਡ ਦੇਵੀ, ਬਿਜ਼ਨਸ ਨਾ ਛੱਡ ਦੇਵੀ, ਪਰ ਚੇਤੇ ਰੱਖੀ ਤੇਰਾ ਕੀਤਾ ਹੋਇਆ ਹਰ ਇੱਕ ਕੰਮ ਧੰਦਾ ਸਫਲ ਹੈ, ਜੇ ਧੰਦਾ ਕਰਦਿਆਂ ਹੋਇਆ ਤੂੰ ਅਕਾਲ ਪੁਰਖ ਜੀ ਦੇ ਨਾਮ ਵਿੱਚ ਜੁੜਿਆ ਬੈਠਾ ਹੈ। ਜੇਕਰ ਤੇਰਾ ਚਿੱਤ ਅਕਾਲ ਪੁਰਖ ਵਿੱਚ ਹੈ, ਜੇ ਤੂੰ ਆਪਣੀ ਜੌਬ ਬੜੀ ਇਮਾਨਦਾਰੀ ਨਾਲ ਕਰਦਾ ਹੈ, ਡਿਊਟੀ ਬੜੀ ਇਮਾਨਦਾਰੀ ਨਾਲ ਕਰਦਾ ਹੈ, ਤੂੰ ਆਪਣੇ ਕੰਮ ਬੜੇ ਇਮਾਨਦਾਰੀ ਨਾਲ ਕਰ ਰਿਹਾ ਹੈ, ਤੇ ਤੇਰਾ ਨਿਰੰਕਾਰ ਵਿੱਚ ਚਿੱਤ ਵੀ ਲੱਗਿਆ ਹੋਇਆ, ਤੇ ਕਹਿੰਦੇ ਫਿਰ ਮੁਬਾਰਕ ਹੈ। ਤੇ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਅਗਲਾ ਬਚਨ ਪੜ੍ਹ ਦਿਓ ਜੀ। ਕਹਿੰਦੇ ਪੱਥਰ ਚੋਂ ਰੱਬ ਪਾਇਆ, ਤੇ ਗੁਰੂ ਪਾਤਸ਼ਾਹ ਜੀ ਨੇ ਆਪ ਦਰਜ ਕਰ ਦਿੱਤਾ ਵੀ ਪੱਥਰ ਵਿੱਚੋਂ ਰੱਬ ਦੀ ਪ੍ਰਾਪਤੀ ਨਹੀਂ ਹੋਈ, ਪੱਥਰ ਵਿੱਚੋਂ ਰੱਬ ਨਹੀਂ ਮਿਲਿਆ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਕੁਸਈਆਂ ਧੰਨਾ ਵੱਡ ਪਾਗਾ। ਪ੍ਰਤੱਖ ਸ਼ਬਦ ਦਾ ਅਰਥ ਅਸੀਂ ਕੀ ਕਰਾਂਗੇ ਜੀ? ਜੇ ਪੱਥਰ ਵਿੱਚੋਂ ਮਿਲਿਆ ਹੁੰਦਾ ਤੇ ਲਿਖ ਦੇਣਾ ਸੀ ਨਾ ਮਿਲੇ ਪੱਥਰ ਵਿੱਚੋਂ, ਵੀ ਧੰਨੇ ਭਗਤ ਜੀ ਨੂੰ ਪੱਥਰ ਵਿੱਚੋਂ ਪ੍ਰਾਪਤੀ ਹੋਈ। ਪ੍ਰਤੱਖ ਸ਼ਬਦ ਦਾ ਅਰਥ ਮੈਂ ਜਦੋਂ ਆਪਾਂ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਾਂਗੇ ਵਾਚਾਂਗੇ ਤੇ ਪ੍ਰਤੱਖ ਸ਼ਬਦ ਦਾ ਮੈਂ ਅਰਥ ਕਰਾਂ ਡਾਇਰੈਕਟ ਤੌਰ ਤੇ, ਸਿੱਧੇ ਤੌਰ ਤੇ। ਮਿਲੈ ਪ੍ਰਤੱਖ ਗੁਸਾਈਆਂ, ਭਾਵ ਕਿ ਸਿੱਧੇ ਤੌਰ ਤੇ ਪ੍ਰਾਪਤੀ ਹੋਈ, ਡਾਇਰੈਕਟ ਤੌਰ ਤੇ ਰੱਬ ਨੂੰ ਮਿਲੇ। ਕਰੀ